ਤਾਂ ਫਿੱਡੂ 16 ਤਰੀਕ ਨੂੰ ਮੈਂ ਧਰਮਸ਼ਾਲਾ ਚਲਿਆ ਤਾਂ ਪੰਜਾਬ ਦਾ ਮੈਚ ਹੈ ਤਾਂ ਉੱਥੇ ਮੈਂ ਅੰਪਾਇਰ ਲੱਗੇ ਹਾਂ। ਅੱਛਾ ਜੀ, ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਉੱਥੇ ਅੰਪਾਇਰ ਲੱਗੇ ਹੋ। ਗੱਲ ਇਦਾਂ ਕਿ ਸਾਨੂੰ ਤਾਂ ਇੱਥੇ ਟਿਕਟਾਂ ਹੀ ਨਹੀਂ ਮਿਲਾਂ ਦੀਆਂ, ਆਨਲਾਈਨ ਵੀ ਸਾਰੀਆਂ ਟਿਕਟਾਂ ਬੁਕਿੰਗ ਹੋਈ। ਅੱਛਾ ਜੀ, ਤੁਸੀਂ ਇਦਾਂ ਕਰਿਓ, 5-7 ਸੀਟਾਂ ਨਾ ਉੱਥੇ ਪਹਿਲਾਂ ਹੀ ਬੁਕਿੰਗ ਕਰਕੇ ਰੱਖੀ ਲਿਓ। ਉੱਧਰ ਪਿੱਦੂ ਟਿੱਡੂ ਤਾਂ ਪੀਨੂੰ ਵੀ ਬੋਲਾ ਰਿਹਾ, ਫਿਰ ਮੈਂ ਵੀ ਕ੍ਰਿਕਟ ਦਾ ਮੈਚ ਦੇਖਣ ਜਾਣਾਗਾ ਤਾਂ ਤੁਸੀਂ ਇਦਾਂ ਕਰਿਓ ਵੀ ਟਿਕਟਾਂ ਉੱਥੇ ਨਾ ਲੈ ਕੇ ਸਾਡੇ ਵਾਸਤੇ ਰੱਖੀ ਲਿਓ। ਅੱਛਾ ਜੀ, ਮੈਂ ਸੁਣਿਆ ਤਾਂ ਵਿਰਾਟ ਕੋਹਲੀ ਨੇ ਵੀ ਆਉਣਾਗਾ ਤਾਂ ਧੋਨੀ ਵੀ ਆਉਣਾ ਪੰਜਾਬ ਦਾ ਮੈਚ ਦੇਖਣ, ਤਾਂ ਮੈਚ ਬੜਾ ਇੰਟਰਸਟਿੰਗ ਹੋਣਾ। ਧਰਮਸ਼ਾਲਾ ਦਾ ਗਰਾਊਂਡ ਵੀ ਬੜਾ ਨਿੱਕਾ ਦੇਗਾ ਤਾਂ ਜਾਪਣੇ ਵੀ ਸਾਰੇ ਸੋਹਣੇ ਸੋਹਣੇ ਖੇਲਦੇ ਜਾਪਣੇ ਨੇ, ਚੌਕੇ ਛੱਕੇ ਵੀ ਬਹੁਤ ਸਿੱਧੀ ਜਾਪਣੀ ਸਾਨੂੰ। ਅੱਛਾ ਜੀ, ਉੱਧਰ ਫਿੱਡੂ ਵੀ ਗਲਾ ਰਿਹਾ, ਮੈਂ ਵੀ ਜਾਣਾ ਤਾਂ ਮੈਂ ਉੱਥੇ ਕੁਲਫੀਆਂ ਵੇਚਣੇ ਦਾ ਕੰਮ ਕਰ ਲੈਣਾ, 4 ਪੈਸੇ ਵੀ ਬਣੀਆਂ ਨੇ ਤਾਂ ਨਾਲ ਮੈਚ ਵੀ ਦਿਖਾਉਣਾ। ਤਾਂ ਚਾਚਾ ਜੀ, ਉੱਧਰ ਬੁਜਰੂ ਚਾਚਾ ਬੋਲਾ ਰਿਹਾ ਤਾਂ ਮੈਂ ਵੀ ਜਾਣਾਗਾ, ਤਾਂ ਮੈਨੂੰ ਵੀ ਨਾ ਉੱਥੇ ਟਿਕਟ ਰਖਾਈ ਲਿਓ ਚਾਚਾ, ਕਿਉਂਕਿ ਉੱਥੇ ਅੰਪਾਇਰ ਲੱਗੇ ਆ, ਚਾਚਰੀ ਬਥੇਰੀ ਚੱਲਦੀ ਹੈ। ਤਾਂ ਨਾਲ ਚਾਚਾ ਜੀ ਗੱਲ ਇੱਦਾਂ ਕਿ ਉੱਧਰ ਖੱਜੂ ਮਾਸਟਰ ਬੋਲਾ ਰਿਹਾ, ਮੈਂ ਜਲੇਬੀਆਂ ਪਕੌੜੇ ਲੈ ਲੈਣੇ ਬਾਹਰ। ਮੈਨੂੰ ਇੱਕ ਗੱਲ ਦੱਸ, ਮੈਂ ਸਾਰਿਆਂ ਦਾ ਠੇਕਾ ਲੈ ਲਿਆ, ਤੂੰ ਤਾਂ ਮੰਡੀਰ ਇਕੱਠੀ ਕਰ ਲਈ ਸਾਰੀ, ਉੱਥੇ ਮੇਰੀ ਇੰਨੀ ਵੀ ਨਹੀਂ ਚੱਲਦੀ ਪਈ। ਇੱਥੇ ਮੈਂ 10-15 ਬੰਦੇ ਇਕੱਠੇ ਲੈ ਕੇ ਚੱਲੀ ਹਾਂ, ਤਾਂ ਉੱਥੇ ਟਿਕਟਾਂ ਤੁਹਾਨੂੰ ਦਵਾਈ ਦਾ ਨਾਲ ਸੀਟਾਂ ਵੀ ਦਵਾਈ ਦਾ। ਉੱਥੇ ਪਤਾ ਕਿੰਨਾ ਟਫ ਕੰਮ ਹੁੰਦਾ ਗਾ, ਤਾਂ ਮੈਚ ਦਾ ਉੱਥੇ ਕੈਮਰੇ ਪਤਾ ਕਿੰਨੇ ਲੱਗੇ ਹੁੰਦੇ ਨੇ, ਤਾਂ ਇੱਕ ਚੀਜ਼ ਦਿਖਦੇ ਨੇ ਵੀ ਕੋਈ ਕਿਆ ਕਰਾ ਦਾ ਕੋਈ। ਚਾਚਾ ਜੀ, ਮੈਂ ਹੁਣ ਸਾਰਿਆਂ ਨੂੰ ਬੋਲੀ ਤੇ ਉੱਧਰ ਖੇਡੂਗੇੜਾ ਅਸੀਂ ਟਰੈਵਲਰ ਟੈਂਪੂ ਕੀਤੇ ਹੈਗਾ, ਤਾਂ ਤੁਸੀਂ ਹੁਣ ਬੋਲਾ ਰਹੇ ਵੀ ਇੱਦਾਂ ਇੱਦਾਂ। ਚਾਚਾ ਜੀ, ਗਲਤ ਗੱਲ ਹੈ, ਅਸੀਂ ਮੈਚ ਦੇਖਣਾ ਹੀ ਦੇਖਣਾ ਗਾ, ਹੁਣ ਤੁਸੀਂ ਤੁਹਾਡੇ ਪਰ ਹੀ ਹੈ ਸਾਰੀ ਜ਼ਿੰਮੇਵਾਰੀ। ਤੁਹਾਨੂੰ ਮੈਂ ਇੱਥੇ ਦੱਸ ਦਿੰਦਾ ਵੀ ਇਹ ਕਰਿਓ, ਰਜਾਈਆਂ ਪਾ ਲਿਓ ਟੈਂਪੂ ਟਰੈਵਲਰ 'ਚ, ਔਰ ਜੈਕਟਾਂ ਮੋਟੀਆਂ ਮੋਟੀਆਂ ਪਾ ਕੇ ਚੱਲੇ। ਉੱਥੇ ਮੌਸਮ ਬਦਲਦਾ ਰਹਿੰਦਾ, ਉੱਧਰ ਬਰਫ਼ਬਾਰੀ ਵੀ ਬੜੀ ਹੋ ਰਹੀ ਹੈ, ਤਾਂ ਇਹ ਨਾ ਹੋਇਆ ਉੱਥੇ ਤੁਸੀਂ ਮੈਚ ਦੇਖਣ ਗਏ ਹੁਣ ਤਾਂ ਫਿਰ ਉੱਥੇ ਤੁਸੀਂ ਬਿਮਾਰ ਹੋਈ ਹੋ, ਆਈ ਗਏ ਇੱਥੇ ਡਾਕਟਰ ਕੋਲ, 5-5 ਹਜ਼ਾਰ ਰੁਪਈਆ ਤੁਹਾਡਾ ਇਲਾਜ ਕਰਾਉਣਾ ਪਊ, ਨਾਲ ਜ਼ਿਆਦਾ ਰੋਲਾ ਮਾ ਪਾਉਂਦੇ ਹੁਣ। ਚਾਚਾ ਜੀ, ਇਹੀ ਕਹਿੰਦੇ ਰੋਲਾ ਪਾਉਣਾ ਉੱਥੇ, ਕਹਿੰਦੇ ਅਸੀਂ ਤਾਂ ਚੱਲੇ ਹਾਂ ਮੈਚ ਦੇਖਣ। ਧਰਮਸ਼ਾਲਾ ਦਾ ਮੈਚ ਗਲਾਂਦੇ ਮਸ਼ਹੂਰ ਬੜਾ ਗਾ, ਔਰ ਮੈਚ ਦੇਖਣੇ ਉੱਥੇ ਨਜ਼ਾਰਾ ਬੜਾ ਆਉਂਦਾ ਗਾ, ਅਤੇ ਜਿਹੜੇ ਬਾਕੀ ਗਰਾਊਂਡ ਬੜੇ ਵੱਡੇ ਵੱਡੇ ਗਰਾਊਂਡ ਉੱਥੇ ਤਾਂ ਦੇਖਣੇ ਮਜ਼ਾ ਨਹੀਂ ਆਉਂਦਾ, ਨਿੱਕੇ ਨਿੱਕੇ ਤਾਂ ਖਿਡਾਰੀ ਜਾਪਦੇ। ਚਾਚਾ ਜੀ, 17 ਤਰੀਕ ਵਾਲਾ ਮੈਚ ਵੀ ਦੇਖਣਾ, 19 ਤਰੀਕ ਵਾਲਾ ਵੀ ਮੈਚ ਦੇਖਣਾ। ਤਾਂ ਚਾਚਾ ਜੀ, ਉੱਧਰ ਅਸੀਂ ਧਰਮਸ਼ਾਲਾ ਸਾਰੀ ਘੁੰਮੀ ਆਉਣੀ ਹੈ, ਤਾਂ ਉੱਥੇ ਸੋਹਣੀਆਂ ਸੋਹਣੀਆਂ ਫੋਟੋ ਖਿੱਚਣੀ ਹੈ, ਸੋਹਣੀਆਂ ਸੋਹਣੀਆਂ ਵੀਡੀਓ ਬਣਾ ਕੇ ਲਿਆਉਣੀਆਂ। ਤਾਂ ਗੱਲ ਸੁਣੀ ਲੈ, ਜਿਹਨੂੰ ਤੂੰ ਲੈ ਕੇ ਚੱਲਿਆ ਉਹਨਾਂ ਨੂੰ ਬੋਲਿਓ ਤਾਂ ਧਿਆਨ ਨਾਲ ਰਹਿਣਾ, ਇਹ ਨਾ ਉੱਥੇ ਖੱਪ ਖਾਨਾ ਪਾਉਣ ਜਾਈਏ, ਉੱਥੇ ਕਦੇ ਇੱਧਰ ਘੁੰਮਣ ਕਦੇ ਉੱਧਰ ਘੁੰਮਣ, ਕੀ ਪਤਾ ਇਹਨਾਂ ਪਿੱਦੂ ਟਿੱਡੂ ਤਾਂ ਗਰਾਊਂਡੇ ਜੀ ਬਣੀ ਜਾਂਦੇ ਹੁੰਦੇ ਨੇ, ਤਾਂ ਛੇਤਰ ਬੜੇ ਬਰਨੇ ਨੇ ਉੱਥੇ।